ਦਾ এলিਫੈਂਟ ਵਿਸਪਰਸ ਬੇਤਰੀਨ ਦਸਤਾਵੇਜ਼ੀ ਲਗੂ ਫਿਲਮ ਚੁਣੀ ਗਈ। ਪਾਰਲੀਮੈਂਟ ਦੀ ਦੋਵੇਂ ਸਭਾਵਾਂ ਰਾਹੁਲ ਗਾਂਧੀ ਵੱਲੋਂ ਲੰਡਨ ਵਿੱਚ ਭਾਰਤ ਦੇ ਲੋਕ ਰਾਜ ਬਾਰੇ ਕੀਤੀਆਂ ਟਿੱਪਣੀਆਂ ਤੇ ਹੋਏ ਸ਼ੋਰ ਸ਼ਰਾਬੇ ਮਗਰੋਂ ਦੁਪਹਿਰ ਬਾਅਦ 2 ਵਜੇ ਤੱਕ ਉਠਾ ਦਿੱਤੀਆਂ ਗਈਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਦੀਆਂ ਉਮੀਦਾਂ ਦੇਸ਼ ਦੀਆਂ ਸਮੁੱਚ ਆਸਾਂ ਮੰਗਾਂ ਨਾਲ ਜੋੜਨ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਤੇ ਖੇਡਾਂ ਵਿੱਚ भारत ने वर्ल्ड क्रिकेट टेस्ट चैंपियनशिप फाइनली क्वालीफाई कर लिया सत्तरा जून तक इस ओवल आस्ट्रेलिया मुकाबला होगा तफआईए प्रो लीग हॉकी हाकी शामी रुटकेला वि जर्मनी हो पचानवे अकेडमी अवार्ड समारोह में भारत एस एस राजौली फिल्म आर आर आर, आर ने ਇਸ ਦੇ ਗੀਤ 나ਟੂ 나ਟੂ ਲਈ 베ترین ਅਸਲ ਗੀਤ ਲਈ ਆਸਕਰ ਜਿੱਤ ਕੇ ਆਸਕਰ ਜਿੱਤਣ ਵਾਲੀ ਪਹਿਲੀ ਭਾਰਤੀ ਫਿਲਮ ਬਣ ਕੇ ਇਤਿਹਾਸ ਰਚਿਆ ਸੰਗੀਤਕਾਰ ਐਮ ਐਮ ਕੀਰਵਨੀ ਨੇ ਗੀਤਕਾਰ ਚੰਦਰਪੋਸ਼ ਨਾਲ ਇਹ ਇਨਾਮ ਪ੍ਰਾਪਤ ਕੀਤਾ 나ਟੂ 나ਟੂ ਗੀਤ ਦੇ ਪੇਠਵਰਤੀ ਗਾਇਕਾ rahul sipil gunte ਕਾਲਾ ਭਰਵ ਨੇ ਅਮਰੀਕਾ ਵਿੱਚ ਲਾਸ ਏਂਜਲਸ ਤੇ ਡਾਲਬੇ ਸਿਟਰ ਵਿਖੇ ਅਕੈਡਮੀ ਅਵਾਰਡ ਸਮਾਰੋਹ ਵਿੱਚ ਇਹ ਗੀਤ ਗਾਇਆ उ पेशकारी दर्शकों ने खड़े होके उन्होंने सम्मान दता आर 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 दो दहाकों तो भी बद समय बाद अकेडमी अवार्ड में नामजद होने वाली पहली फिल्म है जद कि नाटू नाटू आसकर प्राप्त करने वाला पहला भारती गीत है ए फिल्म आजादी कलाटिया कौमरम भीम तलूरी सीतारामा राजू के जीवन तधारित उन्नीस सौ भी एक कल्पनिक कहानी है ਉਧਰ ਦੂਜੇ ਪਾਸੇ ਭਾਰਤ ਦੀ এলিਫੈਂਟ ਵਿਸਪਰਸ ਨੇ ਬਿਹਤਰੀਨ ਦਸਤਾਵੇਜ਼ੀ ਫਿਲਮ ਲਗੂ ਫਿਲਮ ਸ਼੍ਰੇਣੀ ਵਿੱਚ ਅਵਸਕਰ ਪ੍ਰਾਪਤ ਕੀਤਾ ਹੈ ਫਿਲਮ ਨਰਵਾਤਾ ਕਾਰਤਿਕ ਗੌਂਸਵੈਲਸ ਅਤੇ ਪ੍ਰੋਡਿਊਸਰ ਗੁਨੀਤ ਮੌਂਗਾ ਦੀ 41 ਮਿੰਟ ਦੀ ਦਸਤਾਵੇਜ਼ੀ ਫਿਲਮ ਹਾਥੀ ਦੇ ਇੱਕ ਬੱਚੇ ਰਗੂ ਤੇ ਉਸਦੀ ਸੰਭਾਲ ਕਰਨ ਵਾਲਿਆਂ ਦਰਮਿਆਨ ਰਿਸ਼ਤੇ ਦੀ ਕੋ ਕਰਦੀ ਹੈ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲਾਸ ਏਂਜਲਸ ਵਿੱਚ ਔਸਕਰਸ ਵਿਖੇ ਦੇਸ਼ਤਿਆਂ ਪ੍ਰਾਪਤੀਆਂ ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਆਰ 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 ਫਿਲਮ ਦੀ ਸਮੁੱਚੀ ਟੀਮ ਨੂੰ ਬਿਹਤਰੀਨ ਅਸਲ ਗੀਤ ਸ਼੍ਰੇਣੀ ਵਿੱਚ ਇਨਾਮ ਪ੍ਰਾਪਤ ਕਰਨ ਲਈ ਵਧਾਈ ਦਿੰਦੇ ਆ ਸ਼੍ਰੀ ਮੋਦੀ ਨੇ ਕਿਹਾ ਕਿ ਨਾ ਟੂ ਨਾ ਟੂ ਦੀ ਪ੍ਰਸਿੱਧੀ ਆਲਮੀ ਪੱਧਰ ਤੇ ਹੈ ਉਹਨਾਂ ਨੇ ਇੱਕ ਟਵੀਟ ਵਿੱਚ ਟਿੱਪਣੀ ਕੀਤੀ ਕਿ ਇਸ ਗੀਤ ਨੂੰ ਗਾਉਣ ਵਾਲੇ ਕਈ ਸਾਲਾਂ ਤੱਕ ਯਾਦ ਰੱਖਿਆ ਜਾਏਗਾ ਪ੍ਰਧਾਨ ਮੰਤਰੀ ਨੇ ਦਸਤਾਵੇਜ਼ੀ ਲਗੂ ਫਿਲਮ एलिफेंट विस्पेस टी समुची टीम ਨੂੰ ਵੀ ਸਨਮਾਨ ਪ੍ਰਾਪਤ ਕਰਨ ਲਈ ਵਧਾਈ ਦਿੰਦੀ ਹੈ। ਉਹਨਾਂ ਨੇ ਫਿਲਮ ਗੀਤ ਫਿਲਮਾ ਟੀਮ ਦੇ ਕੰਮ ਕਰਨ ਦੀ ਸ਼ਲਾਘਾ ਕਰਦੇ ਹਨ ਕਿ ਕਿ ਉਹਨਾਂ ਨੇ ਕੁਦਰਤ ਨਾਲ ਇੱਕ ਸੁਰਤਾ ਨਾਲ ਰਹਿਣ ਤੇ ਨਿਰੰਤਰ ਵਿਕਾਸ ਦੇ ਮਹੱਤਵ ਤੇ ਸ਼ਾਨਦਾਰ ਤਰੀਕੇ ਨਾਲ ਚਾਨਣਾ ਪਾਇਆ ਏ। ਵੱਜਨ ਸਮਾਗਮ ਦਾ ਦੂਜਾ ਹਿੱਸਾ ਅੱਜ ਸ਼ੋਰ ਸ਼ਰਾਬੇ ਨਾਲ ਸ਼ੁਰੂ ਹੋ ਗਿਆ ਹੈ। ਲੋਕ ਸਭਾ ਤੇ ਰਾਜ ਸਭਾ ਦੋਹਾਂ ਦੀ ਕਾਰਵਾਈ ਦੁਬਾਰਾ ਬਾਦ 2 ਵਜੇ ਤੱਕ ਮੁਲਤਵੀ ਕੀਤੀ ਗਈ ਹੈ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਭਾਰਤ ਵਿੱਚ ਲੋਕਰਾਜ ਬਾਰੇ ਲੰਡਨ ਵਿੱਚ ਕੀਤੀਆਂ ਟਿੱਪਣੀਆਂ ਦੇ ਮੁੱਦੇ ਤੇ ਦੋਹਾਂ ਸਭਾਵਾਂ ਵਿੱਚ ਕੰਮ ਕਾਜ ਮੁਲਤਵੀ ਕਰਨਾ ਪਿਆ ਲੋਕ ਸਭਾ ਵਿੱਚ ਜਦੋਂ ਇਸਵੇਰੇ ਸਭਾ ਜੁੜੀ ਤਾਂ ਸੱਤਾਧਾਰੀ ਚਰਦੇ ਮੈਂਬਰਾਂ ਨੇ ਰਾਹੁਲ ਗਾਂਧੀ ਖਿਲਾਫ ਨਾਰਾਵਾਜ਼ੀ ਸ਼ੁਰੂ ਕਰ ਦਿੱਤੀ ਰਾਖਾ ਮੰਤਰੀ ਰਾਜਨਾਥ ਸਿੰਘ ਨੇ ਦੋਸ਼ ਲਾਉਂਦਿਆਂ ਮੁੱਦਾ ਚੁੱਕਿਆ ਕਿ ਸ਼੍ਰੀ ਗਾਂਧੀ ਨੇ ਜੋ ਕਿ ਸਭਾ ਦੇ ਮੈਂਬਰ ਨੇ ਆਪਣੀਆਂ ਟਿੱਪਣੀਆਂ ਨਾਲ ਬਾਰਦਾ અપਮਾਨ ਕੀਤਾ ਉਹ ਮੰਗ ਕੀਤੀ ਕਿ ਉਹਨਾਂ ਦੇ ਬਿਆਨਾਂ ਦੀ ਇਸ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਨਕੀਦੀ ਕੀਤੀ ਜਾਣੀ ਚਾਹੀਦੀ ਹੈ ਤੇ ਉਹਨਾਂ ਨੂੰ ਮਾਫੀ ਮੰਗਣ ਲਈ ਕਿਹਾ ਜਾਣਾ ਚਾਹੀਦਾ ਹੈ ਰਾਜ ਸਭਾ ਵਿੱਚ ਵੀ ਅਜੇ ਹਾਜ਼ਰੀ ਸੇਖਣ ਨੂੰ ਮਿਲਿਆ ਵਿਰੋਧੀ ਧਿਰ ਦੇ ਮੈਂਬਰ ਵੀ ਸਭਾ ਦੇ ਵਿੱਚਕਾਰ ਆ ਗਏ ਸੱਤਾਧਾਰੀ ਤੇ ਵਿਰੋਧੀ ਧਿਰ ਵੱਲੋਂ ਇੱਕ ਦੂਜੇ ਦੇ ਖਿਲਾਫ ਨਰੇਵਾਜ਼ੀ ਦਰਮਿਆਨ ਸਭਾ ਦੁਪਹਿਰ ਵਦ ਦੂਬ ਅਜੇ ਤੱਕ ਉਠਾ ਦਿੱਤੀ ਗਈ ਰਾਜ ਸਭਾ ਵਿੱਚ ਵੀ ਜਿਵੇਂ ਹੀ ਹਰ ਤਰੀ ਸਭਾ ਦੇ ਨੇਤਾ ਪਿਊਸ਼ ਗੋਲ ਨੇ ਇਹ ਕਹਿੰਦੇ ਹਾਂ ਮੁੱਦਾ ਚੁੱਕਿਆ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੀਆਂ ਟਿੱਪਣੀਆਂ ਨਾਲ ਭਾਰਤੀ ਲੋਕਰਾਜ ਨਿਆਪਾਲਿਕਾ ਫੌਜ ਅਤੇ ਪ੍ਰਸ਼ਾਸਨ ਅਪਮਾਨ ਕੀਤਾ ਹੈ। ਕੌਲਰਪਾ ਜਾਰੀ ਰਹਿਣ ਤੇ ਸਵਾ ਦੁਪਹਿਰ ਬਾਦ 2 ਵਜੇ ਤੱਕ ਉਠਾਈ ਗਈ ਹੈ। ਪਹਿਲਾਂ ਦੋਹਾਂ ਸਭਾਵਾਂ ਨੇ ਹਾਰੀ ਵਿੱਚ ਜਿਨ੍ਹਾਂ ਸਾਬਕਾ ਮੈਂਬਰਾਂ ਦਾ ਦਿਹਾਂਤ ਹੋ ਗਿਆ ਸੀ ਨੂੰ ਸ਼ਰਧਾਂਜਲੀ ਵਿਵਜੋਂ ਸੋਗ ਪ੍ਰਗਟ ਕੀਤਾ। ਆਮ ਆਦਮੀ ਪਾਰਟੀ ਅਤੇ ਭਾਰਤ ਰਾਸ਼ਟਰੀ ਸമിതി BRS ਦੇ ਪਾਰਲੀਮੈਂਟ ਮੈਂਬਰਾਂ ਨੇ ਅੱਜ ਪਾਰਲੀਮੈਂਟ ਹਾਊਸ ਕੰਪਲੈਕਸ ਵਿੱਚ ਕੇਂਦਰੀ ਏਜੰਸੀਆਂ ਦੀ ਕੱਚ ਤੇ ਦੁਰਵਰਤਨ ਨੂੰ ਲੈ ਕੇ ਰੋਸ ਮਜ਼ਾਰਾ ਕੀਤਾ। ਤਕਤੀਆਂ ਵਿਖਾਉਂਦਿਆਂ ਉਹਨਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਆਪ ਦੇ ਪਾਰਲੀਮੈਂਟ ਮੈਂਬਰ ਸੰਜੇ ਸਿੰਘ, BRS ਨੇਤਾ ਕੇਗੇਸ਼ਵਰੌਤ ਤੇ ਹੋਰਾਂ ਨੇ ਰੋਸ ਮਤਾਰੇ ਵਿੱਚ ਹਿੱਸਾ ਲਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਯੋਗ ਮਹੱਤਵ ਮਹੌਤਸਵ 2023 ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਟਵੀਟ ਵਿੱਚ ਉਹਨਾਂ ਨੇ ਲੋਕਾਂ ਨੂੰ ਛੇਤੀ ਤੋਂ ਛੇਤੀ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਹੈ। 3 ਦਿਨਾਂ ਮਹੌਤਸਵ ਅੱਜ ਤੇ ਭਲਕੇ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਹੋ ਰਿਹਾ ਹੈ, ਜਦਕਿ ਇਸ ਮਹੀਨੇ ਦੀ 15 ਤਰੀਕ ਤੋਂ ਇਮਰਾਰਜੀ ਦਸਾਈ ਨੈਸ਼ਨਲ ਇੰਸਟੀਚਿਊਟ ਵਿੱਚ ਕਰਾਇਆ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੇ ਨੌਜਵਾਨਾਂ ਦੇ ਸ਼ਕਤੀਕਰਨ ਲਈ ਇੱਕ ਮਜ਼ਬੂਤ ਮਾਹੌਲ ਪੈਦਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਵੱਲੋਂ ਇੱਕ ਸਨੇਹ ਵਿੱਚ ਜੋ ਕਿ ਨਵੀਂ ਦਿੱਲੀ ਵਿੱਚ ਵਿਗਿਆਨ ਭਵਨ ਵਿਖੇ ਰਾਸ਼ਟਰੀ ਯੂਥ ਕਾਨਫਰੰਸ ਵਿੱਚ ਪੜਿਆ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਉਹਨਾਂ ਦੀਆਂ ਦੇਸ਼ ਦੀਆਂ ਸਾਂਝੀਆਂ ਆਸਾਂ ਮੰਗਾ ਤੇ ਉਹਨਾਂ ਦੀਆਂ ਨਾਲ ਉਹਨਾਂ ਦੀਆਂ ਉਮੀਦਾਂ ਨੂੰ ਜੋੜਨ ਤੇ ਕੇਂਦਰਿਤ ਦੋ ਦਿਨਾਂ ਕਾਨਫਰੰਸ ਅੱਜ ਸ਼ੁਰੂ ਹੋਈ ਹੈ ਜਿਸ ਰਾਹੀਂ ਭਾਰਤ ਦੀ G20 ਪ੍ਰਧਾਨਗੀ ਤਹਿਤ ਵਰਨ 2023 ਯੂਸ 20 ਤਰਜੀਹੀ ਖੇਤਰਾਂ ਬਾਰੇ ਵਿਚਾਰ ਵਟਾਣ ਤੇ ਲਈ ਨੌਜਵਾਨਾਂ ਨੂੰ ਇਕੱਠੇ ਕਰਨਾ ਹੈ ਸ਼੍ਰੀ ਮੋਦੀ ਨੇ ਕਿਹਾ ਕਿ ਕਾਨਫਰੰਸ ਉਸ ਸਮੇਂ ਹੋ ਰਹੀ ਹੈ ਜਦੋਂ ਭਾਰਤ ਨੇ G20 ਦੀ ਪ੍ਰਧਾਨਗੀ ਸੰਭਾਲੀ ਹੈ ਉਹਨਾਂ ਨੇ ਇਹ ਵੀ ਉਮੀਦ ਪ੍ਰਗਟ ਕੀਤੀ ਹੈ ਕਿ ਰਾਸ਼ਟਰੀ ਯੂਥ ਕਾਨਫਰੰਸ 2023 ਵਿਕੇਂ ਨੌਜਵਾਨ ਸਮਾਦਾ ਘਟ ਰਾਸ਼ਟਰੀ ਤੇ ਆਲਮੀ ਮੁੱਦਿਆਂ ਵੱਲ ਪ੍ਰੇਖਮਈ ਸਮਾਵੇਸ਼ੀ ਤੇ ਮਨੁੱਖਵਾਦੀ ਨਜ਼ਰੀਏ ਨੂੰ ਵਿਕਸਤ करेगा ਅਸਾਮ ਵਿੱਚ ਚੱਲ ਰਹੇ ਮੈਟ੍ਰਿਕ ਦੇ ਜਨਰਲ ਸਾਇੰਸ ਦੇ ਪੇਪਰ ਨੂੰ ਰੱਦ ਕਰ ਦਿੱਤਾ ਗਿਆ ਇਹ ਪੇਪਰ ਅੱਜ ਹੋਣਾ ਸੀ ਇਹ ਫੈਸਲਾ ਕੁਐਸਚਨ ਪੇਪਰ ਦੇ ਲੀਕ ਹੋਣ ਬਾਰੇ ਮੀਡੀਆ ਦੀਆਂ ਖਬਰਾਂ ਦੇ ਬਾਅਦ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਲਿਆ ਗਿਆ ਨਵੀਂ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਏਗਾ ਕਤਿਤ ਪੇਪਰ ਲੀਕ ਦੀ ਜਾਂਚ ਸੈਕੰਡਰੀ ਸਿੱਖਿਆ ਬਾਰੇ ਬੋਰਡ ਸਾਂ ਵੱਲੋਂ ਸ਼ੁਰੂ ਕੀਤੀ ਗਈ ਹੈ ਔਰਸਾਂ ਦੇ ਪ੍ਰੀਮੀਅਰ ਲੀਗ ਕ੍ਰਿਕਟ ਵਿੱਚ ਅੱਜ ਸ਼ਾਮੀ 7:30 ਵਜੇ ਮੁੰਬਈ ਦੇ ਡੀਵਾਈ ਪਾਰਟਨ ਸਟੇਡੀਅਮ ਵਿਖੇ ਦਿੱਲੀ ਕੈਪੀਟਲਜ਼ ਦਾ ਰਾਇਲ ਚੈਲੈਂਜਰਸ ਬੈਂਗਲੌਰ ਨਾਲ ਮੁਕਾਬਲਾ ਹੋਏਗਾ। ਬੀਤੀ ਰਾਤ ਮੁੰਬਈ ਵਿੱਚ ਬਰਾਬਰਨ ਸਟੇਡੀਅਮ ਵਿਖੇ ਮੁੰਬਈ ਇੰਡੀਅਨਸ ਨੇ ਯੂਪੀ ਵਾਰੀਅਰਸ ਨੂੰ 8 ਵਿਕਟਾਂ ਨਾਲ ਹਰਾਇਆ। ਮੁੰਬਈ ਇੰਡੀਅਨਸ ਨੇ ਜਿਤੇ 160 ਦੌੜਾਂ ਦਾ ਟਿਚਾ 17.3 ਓਵਰਾਂ ਵਿੱਚ 2 ਵਿਕਟਾਂ ਤੇ 164 ਦੌੜਾਂ ਬਣਾ ਕੇ ਆਸਾਨੀ ਨਾਲ ਹਾਸਲ ਕਰ ਲਿਆ ਮੁੰਬਈ ਇੰਡੀਅਨਸ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ 33 ਗੇਂਦਾਂ ਤੇ 53 ਦੌੜਾਂ ਬਣਾਈਆਂ ਜਦਕਿ ਨੱਟਸ ਕੇਵਰ ਬਰੰਟ ਨੇ 31 ਗੇਂਦਾਂ ਤੇ 45 ਦੌੜਾਂ ਬਣਾਈਆਂ ਪਹਿਲਾਂ ਯੂਪੀ ਵਾਰੀਅਰਜ਼ ਨੇ ਬੱਲੇਬਾਜ਼ ਦੀ ਕਰਦਿਆਂ ਵਿੱਚ 6 ਓਵਰਾਂ ਵਿੱਚ 6 ਵਿਕਟਾਂ ਤੇ 169 ਦੌੜਾਂ ਬਣਾਈਆਂ ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਤੇ ਚੈਂਪੀਅਨਸ਼ਿਪ ਵਿੱਚ ਨਿਊਜ਼ੀਲੈਂਡ ਵੱਲੋਂ ਸ਼੍ਰੀਲੰਕਾ ਨੂੰ ਦੋ ਵਿਕਟਾਂ ਹਰਾਉਣ ਦੇ ਬਾਅਦ ਹੁਣ ਇਸ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ ਆਈਸੀਸੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਆਸਟ੍ਰੇਲੀਆ ਤੇ ਭਾਰਤ 7 ਤੋਂ 11 ਜੂਨ ਤੱਕ ਓਵਲ ਵਿਖੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਮੋ ਸਾਹਮਣੇ ਹੋਣਗੇ ਐਫਆਈਐਚ ਹਾਕੀ ਪ੍ਰੋ ਲੀਗ ਵਿੱਚ ਭਾਰਤ ਦਾ ਅੱਜ ਸ਼ਾਮੀ 7:10 ਤੇ ਰੁੜਕੇਲਾ ਦੇ ਮਿਸਾ ਮੁੰਡਾ ਹਾਕੀ ਸਟੇਡੀਅਮ ਵਿੱਚ ਜਰਮਨੀ ਨਾਲ ਮੁਕਾਬਲਾ ਹੋਏਗਾ ਕੱਲ੍ਹ ਭਾਰਤੀ ਮਰਦਾਂ ਦੀ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 5-4 ਨਾਲ ਹਰਾਇਆ ਸੀ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲੋ ਭਾਰਤ ਨੇ ਦੋ ਅਵਸਕਰ ਜਿੱਤ ਕੇ ਇਤਿਹਾਸ ਰਚਿਆ ਐ ਐਸਐਸ ਰਾਜਾ ਮੌਲੀ ਨਿਰਦੇਸ਼ਿਤ ਫਿਲਮ ਆਰ 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 ਦੇ ਗੀਤ ਨਟੂ ਨਟੂ ਨੂੰ ਬਿਹਤਰੀਨ ਅਸਲ ਗੀਤ ਦਾ ਸਨਮਾਨ ਪ੍ਰਦਾਨ ਕੀਤਾ ਗਿਆ ਐਲੀਫੈਂਟ ਵਿਚ ਪਰ ਬਿਹਤਰੀਨ ਦਸਤਾਵੇਜ਼ੀ ਲਗੂ ਫਿਲਮ ਚੁਣੀ ਗਈ ਐ ਪਾਰਲੀਮੈਂਟ ਦੀ ਦੋਵੇਂ ਸਭਾਵਾਂ ਰਾਹੁਲ ਗਾਂਧੀ ਵੱਲੋਂ ਲੰਡਨ ਵਿੱਚ ਭਾਰਤ ਦੇ ਲੋਕ ਰਾਜ ਬਾਰੇ ਕੀਤੀਆਂ ਟਿੱਪਣੀਆਂ ਤੇ ਹੋਏ ਸ਼ੋਰ ਸ਼ਰਾਬੇ ਮਗਰੋਂ ਦੁਪਹਿਰ ਬਾਅਦ 2 ਵਜੇ ਤੱਕ ਉਠਾ ਦਿੱਤੀਆਂ ਗਈਆਂ ਨੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਦੀਆਂ ਉਮੀਦਾਂ ਦੇਸ਼ ਦੀਆਂ ਸਮੂਹ ਕਾਸਮੰਗਾ ਨਾਲ ਜੋੜਨ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਇਸ ਦੇ ਨਾਲ ਹੀ ਆਕਾਸ਼ ਵਣਿਕੂ ਖਬਰਾਂ ਦਾ ਬਲੇਟਨ ਖਤਮ ਹੁੰਦਾ ਹੈ